ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹਾਰੇ ਦਰਸ਼ਕੋ ਮੈਂ ਤੁਹਾਡਾ ਹੋਸਟ ਡਾਕਟਰ ਇੰਦਰਜੀਤ ਸਿੰਘ ਤੇ ਤੁਸੀਂ ਮੇਰਾ YouTube ਚੈਨਲ ਵੇਖ ਰਹੇ ਜੈ ਐਗਰੀ ਫਾਰਮ ਤੁਹਾਡਾ ਸਾਰਿਆਂ ਦਾ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ ਦਰਸ਼ਕੋ ਅੱਜ ਜਿਹੜੀ ਅਸੀਂ ਵੀਡੀਓ ਤੁਹਾਡੇ ਵਾਸਤੇ ਬਣਾ ਰਹੇ ਹਾਂ ਉਹ ਕਿਸਾਨ ਮਸਲੇ ਦੇ ਨਾਲ ਹੀ ਸੰਬੰਧਿਤ ਹੈ ਕਿ ਅੱਜ ਕਿਸਾਨ ਜੁਨੀਅਨ ਨੇ ਪੂਰੇ ਭਾਰਤ ਬੰਦ ਦਾ ਜਿਹੜਾ ਸੱਦਾ ਦਿੱਤਾ ਸੀ ਉਸ ਨੂੰ ਕਾਫੀ ਵੱਡੇ ਪੱਧਰ ਤੇ ਬਰਵਾਹ ਹੁਗਾਰਾ ਮਿਲਿਆ ਤੇ ਉਸ ਨੂੰ ਜਿਹੜੇ ਆ ਲੋਕਾਂ ਵੱਲੋਂ ਪੂਰੀ ਸਪੋਰਟ ਮਿਲੀ ਆ ਕਾਫੀ ਥਾਵਾਂ ਦੇ ਵਿੱਚ ਜਿਹੜੇ ਰਿਪੋਰਟਾਂ ਆਈਆਂ ਵੀ ਉਹ ਪੂਰੀ ਤਰ੍ਹਾਂ ਕਾਮਯਾਬ ਰਿਹਾ ਉਸ ਬਾਰੇ ਹੀ ਆਪਾਂ ਗੱਲਾਂ ਕਰਨੀਆਂ ਜਾਂ ਥੋੜੀ ਜਿਹਾ ਪਿਛਲੇ ਟਾਈਮ ਦੇ ਵਿੱਚ ਜਿਹੜਾ ਕੋਈ ਡਵੈਲਪਮੈਂਟਸ ਹੋਈਆਂ ਨੇ ਵੀ ਕਿਸ ਤਰ੍ਹਾਂ ਮੋਰਚਾ ਜਿਹੜਾ ਸਰਕਾਰ ਉਹਨੂੰ ਇੱਕ ਇੱਕ ਪਾਸੇ ਲੈ ਕੇ ਜਾ ਰਹੀ ਸੀ ਉਹ ਫਿਰ ਆਪਣਾ ਕਨਸੋਲੀਡੇਟ ਇਕੱਠਾ ਹੋ ਕੇ ਇੱਕ ਪਾਸੇ ਆਪਣੀ ਦਿਸ਼ਾ ਨੂੰ ਇੱਕ ਡਾਇਰੈਕਸ਼ਨ ਨੂੰ ਪੂਰੀ ਤਰ੍ਹਾਂ ਜਿੱਥੇ ਉਹਨਾਂ ਨੇ ਅਨਾਉਂਸ ਕੀਤਾ ਸੀ ਉਸ ਵੱਲ ਇਹ ਜਾ ਰਿਹਾ ਵਾ ਇਹਦੇ ਵਿੱਚ ਬਹੁਤ ਅੱਛੀਆਂ ਗੱਲਾਂ ਵੀ ਇਸ ਪੀਰੀਅਡ ਦੇ ਵਿੱਚ ਆ ਕਿ ਪਹਿਲਾਂ ਕਾਫੀ 4-5 ਮਹੀਨੇ ਮੋਰਚਾ ਇੱਥੇ ਲੱਗਾ ਰਿਹਾ ਸਰਕਾਰ ਤੇ ਕੋਈ ਅਸਰ ਨਹੀਂ ਹੋਇਆ ਫਿਰ ਦਿੱਲੀ ਦੇ ਵਿੱਚ ਮੋਰਚਾ ਸ਼ਿਫਟ ਹੋ ਗਿਆ ਬੜਾ ਵੱਡੇਆਂ ਉੱਥੇ ਕਿਸਾਨਾਂ ਦੀਆਂ ਗਿਣਤੀ ਦੇ ਵਿੱਚ ਉਹਨਾਂ ਦੀਆਂ ਸ਼ਹਾਦਤਾਂ ਹੋਈਆਂ ਸਰਕਾਰ ਤੇ ਕੋਈ ਅਸਰ ਨਹੀਂ ਹੋਇਆ ਲੇਕਿਨ ਜਿਹੜਾ ਇਸ ਅਸੀਂ ਮਹਿਸੂਸ ਕੀਤਾ ਵੀ ਸਭ ਤੋਂ ਜ਼ਿਆਦਾ ਜਿਹੜਾ ਇੱਕ ਜਿਹਨੂੰ ਸੰਕਟ ਦਾ ਟਾਈਮ ਸੀ ਜਿਹੜਾ ਸਰਕਾਰ ਦੀ ਪਲੈਨਿੰਗ ਹੀ ਕਿ ਕਿਸੇ ਤਰ੍ਹਾਂ ਇਨਾਂ ਸਾਰੇ ਜਿੱਥੇ ਬੰਦੀਆਂ ਨੂੰ ਉਲਝਾ ਕੇ ਜਾਂ ਉਸ ਨੂੰ ਮੋਰਚੇ ਨੂੰ ਡਿਵੀਏਟ ਕਰ ਦਿੱਤਾ ਜਾਵੇ ਤੇ ਉਸ ਨੂੰ ਸਖਤਾਈ ਦੇ ਨਾਲ ਖਤਮ ਕਰ ਦਿੱਤਾ ਜਾਵੇ ਉਹ 26 ਜਨ 26 ਜਨਵਰੀ ਦਾ ਹੀ ਲੇਕਿਨ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਇਹ ਪਹਿਰਾਂ ਤੇ ਆਇਆ ਅਗਰ ਉਸ ਤਰ੍ਹਾਂ ਮੋਰਚਾ ਉਸ ਤਰੀਕੇ ਨਾਲ ਹੀ ਅਗਰ ਸਰਕਾਰਾਂ ਖਤਮ ਕਰ ਦੇਣ ਜਿਸ ਤਰ੍ਹਾਂ ਉਹਨਾਂ ਦੇ ਆਪਣੇ মিডিਆ ਸੈੱਲ ਆ ਜਾਂ ਉਹਨਾਂ ਦੀ ਆਪਣਾ ਸਿਸਟਮ ਬਣਿਆ ਹੁੰਦਾ ਵਾ ਸਰਕਾਰਾਂ ਵਾਸਤੇ ਕਿਸੇ ਚੀਜ਼ ਨੂੰ ਖਤਮ ਕਰਨਾ ਡਾ ਵੱਡੀ ਗੱਲ ਨਹੀਂ ਹੁੰਦੀ ਲੇਕਿਨ ਜਿਸ ਉਹ ਸਭ ਤੋਂ ਵੱਡੀ ਉਹ ਗੱਲ ਹੈ ਕਿ ਇਸ ਮੌਕੇ ਦੇ ਵਿੱਚ ਇਡੀਆਂ ਛਾਤਰ ਸਰਕਾਰਾਂ ਦੇ ਹੋਣ ਜਾਣ ਉਸ ਚੀਜ਼ ਨੂੰ ਸਰਵਾਈਵ ਕਰਨਾ ਜਿਹੜਾ ਵਾ ਇਹ ਆਪਣੇ ਆਪ ਚ ਮੈਨਾ ਰੱਖਦਾ ਇਹਦੇ ਵਿੱਚ ਕੋਈ ਵੀ ਕਈ ਤਰ੍ਹਾਂ ਦੀਆਂ ਇਵੈਂਟਸ ਆ ਜਾਂਦੇ ਨੇ ਅਸੀਂ ਉਹ ਕੱਲੇ-ਕੱਲੇ ਇਵੈਂਟਸ ਨੂੰ ਡਿਸਕਸ ਤੇ ਨਹੀਂ ਕਰਾਂਗੇ ਲੇਕਿਨ ਇੱਕ ਗੱਲ ਤੇ ਜ਼ਰੂਰ ਆ ਵੀ ਅੱਜ ਦੀ ਡੇਟ ਦੇ ਵਿੱਚ ਜੇ ਇਹ ਮੋਰਚਾ ਪੰਜਾਬ ਦੇ ਵਿੱਚ ਦੁਬਾਰਾ ਆਪਣੇ ਪੈਰਾਂ ਤੇ ਇਹ ਖੜਾ ਹੋ ਗਿਆ ਇਸ ਪੰਜਾਬ ਦੇ ਵਿੱਚ ਬਹੁਤ ਜਾਨੀ ਇਥੋਂ ਦੇ ਨੌਜਵਾਨ ਜਿਹੜਾ ਵਰਗ ਆ ਉਹਦਾ ਯੋਗਦਾਨ ਆ ਤੇ ਇਸ ਗੱਲ ਨੂੰ ਜਿਹੜੇ ਸਾਡੇ ਕਿਸਾਨ ਯੂਨੀਅਨ ਨੇ ਉਹਨਾਂ ਨੇ ਵੀ ਮਹਿਸੂਸ ਕੀਤਾ ਵਾ ਕਿ ਇੰਨਾ ਕਿਸਾਨ ਨੌਜਵਾਨਾਂ ਨੇ ਵੀ ਕਿਹਾ ਵੀ ਅਸੀਂ ਤੁਹਾਡੀ ਹੀ ਰਹਿਨਮਾਈ ਦੇ ਵਿੱਚ ਜਿਹੜਾ ਮੋਰਚਾ ਅੱਗੇ ਕੈਰੀ ਕਰਾਂਗੇ ਤੇ ਤੁਹਾਨੂੰ ਪੂਰੀ ਸਪੋਰਟ ਦੇਵਾਂਗੇ ਇਹ ਛੋਟੀ ਗੱਲ ਨਹੀਂ ਇਹ ਬੜੀ ਵੱਡੀ ਗੱਲ ਆ ਇਹ ਉਹ ਸਾਰੇ ਕਾਰਨਾਮੇ ਜਿਹੜੇ ਸਿਕੰਦਰ ਸਰਕਾਰ ਕਰ ਰਹੀ ਸੀ ਉਹਨਾਂ ਦੇ ਪਾਣੀ ਇੱਕ ਵਾਰੀ ਤੇ ਇੰਨਾ ਫੇਰ ਦਿੱਤਾ ਇਸ ਤੋਂ ਬਾਅਦ ਇਹ ਜਿਹੜਾ ਇਹਦਾ ਫਲਾਅ ਹੋਇਆ ਹੈ ਮੋਰਚੇ ਦਾ ਦੂਸਰੀਆਂ ਸਟੇਟਾਂ ਦੇ ਵਿੱਚ ਕਿਉਂਕਿ ਪੰਜਾਬ ਹਰਿਆਣਾ ਜੁਪੀ ਦੇ ਵਿੱਚ ਤੇ ਵੈਸਟਰਨ ਜੁਪੀ ਦੇ ਵਿੱਚ ਤੇ ਇਹਦਾ ਕਾਫੀ ਪਹਿਲਾਂ ਹੀ ਸ਼ੁਰੂ ਤਾਂ ਹੀ ਇਹਦਾ ਦਬਾਅ ਸੀ ਲੈ ਕੇ ਜਿਸ ਤਰੀਕੇ ਦੇ ਨਾਲ ਦੂਸਰੀਆਂ ਸਟੇਟਾਂ ਦੇ ਵਿੱਚ ਜਾ ਰਿਹਾ ਹੈ ਲੋਕੀ ਇਸ ਚੀਜ਼ ਨੂੰ ਸਮਝ ਰਿਹਾ ਕਿ ਇਹ ਜਿਹੜੇ ਕਾਨੂੰਨ ਜਿਹੜੇ ਸਰਕਾਰ ਲੈ ਕੇ ਆਈ ਆ ਇਹਨਾਂ ਦਾ ਕਿਸਾਨ ਅਤੇ ਲੋਕ ਮਾਰੂ ਬਿੱਲਾਂ ਦਾ ਵਿਰੋਧ ਕੀਤਾ ਜਾਦਾ ਇਨਾਂ ਦਾ ਬੜੇ ਵੱਡੇ ਪੱਧਰ ਤੇ ਲੋਕਾਂ ਨੂੰ ਉਹਦੇ ਵਿੱਚ ਸਮਝ ਆ ਰਹੀ ਹੈ ਪੰਜਾਬ ਦੇ ਵਿੱਚ ਤੇ ਕਿਤੋਂ ਬੱਚਾ ਬੱਚਾ ਇਸ ਚੀਜ਼ ਨੂੰ ਸਮਝ ਚੁੱਕਾ ਹੈ ਵੀ ਇਹ ਜਿਹੜੇ ਕਾਨੂੰਨ ਸਾਡੀ ਹੋਂਦ ਵਾਸਤੇ ਖਤਰਨਾਕ ਹੈ ਇਹ ਰੱਦ ਹੋਣੇ ਚਾਹੀਦੇ ਲੇਕਿਨ ਇਸ ਦਰਮਿਆਨ ਜਿਹੜੇ ਹਾਲੇ ਸਾਡੇ ਪੰਜਾਬ ਸਰਕਾਰ ਆ ਉਸ ਤੋਂ ਸੀਐਮ ਸਾਹਿਬ ਨੇ ਵੀ ਇਹ ਬਾਰ-ਬਾਰ ਰਿਪੀਟ ਕੀਤਾ ਵੀ ਇਹ ਜਿਹੜੀ ਆ ਇਹ ਕਾਨੂੰਨ ਜਿਹੜੇ ਆ ਕੇਂਦਰ ਸਰਕਾਰ ਨੂੰ ਵਾਪਸ ਲੈ ਲੈਣਾ ਚਾਹੀਦੇ ਆ ਲੇਕਿਨ ਸਰਕਾਰ ਜਿਹੜੀ ਆ ਉਸ ਪਾਸੇ ਲੱਗਦਾ ਵੀ ਕੁੰਭ ਕਰਨੀ ਨੀਂਦ ਸੌ ਚੁੱਕੀ ਆ ਜਿਹੜੀ ਇਸ ਮੋਰਚੇ ਦੀ ਸਭ ਤੋਂ ਜਿਹੜੀ ਸਫਲ ਜਿਹੜੀ ਚੀਜ਼ ਅਸੀਂ ਮੰਨ ਮੰਨ ਰਹੇ ਆ ਉਹ ਇਹ ਵਾ ਕਿ ਇਸ ਚੀਜ਼ ਨੂੰ ਜਿਹੜਾ ਇੰਟਰਨੈਸ਼ਨਲ ਲੌਬੀ ਦੇ ਵਿੱਚ ਲੈ ਕੇ ਜਾਣਾ ਉੱਥੇ ਕੋਈ ਵੀ ਜਥੇਬੰਦੀ ਲੈ ਕੇ ਜਾਵੇ ਉਹਨੂੰ ਕੋਈ ਵੀ ਬੰਦਾ ਲੈ ਕੇ ਜਾਵੇ ਜਿਉਂ ਆਪਣੇ ਆਪ ਨੋਟਿਸ ਲੈ ਲੈਣਾ ਉੱਥੇ ਤੱਕ ਗੱਲ ਪਹੁੰਚਣੀ ਇਹ ਦੱਸਦੀ ਆ ਕਿ ਇਹ ਸਰਕਾਰਾਂ ਜੜੀਆਂ ਨੇ ਇਹ ਕਿਸਾਨਾਂ ਦੇ ਨਾਲ ਉਹਨਾਂ ਨੂੰ ਕਾ ਕਰਦੀਆਂ ਪਿਆਨੇ ਇਹ ਚੀਜ਼ ਉੱਥੇ ਜਾਣਾ ਇੱਕ ਨਵੇਂ ਤਰ੍ਹਾਂ ਦਾ ਪ੍ਰੈਸ਼ਰ ਜਿਹੜਾ ਇੰਟਰਨੈਸ਼ਨਲ ਪ੍ਰੈਸ਼ਰ ਹੈ ਉਹ ਸਰਕਾਰ ਤੇ ਬੰਦਾ ਸਰਕਾਰ ਇਹਨਾਂ ਤੇ ਪ੍ਰੈਸ਼ਰ ਉਹਨੂੰ ਜਿਹੜਾ ਹਿਊਮਨ ਰਾਈਟਸ ਨੂੰ ਲੈ ਕੇ ਜਿਹੜਾ ਇਹ ਪ੍ਰੈਸ਼ਰ ਹੁੰਦਾ ਇਹਦਾ ਆਪਣਾ ਬਹੁਤ ਵੱਡਾ ਮਤਲਬ ਹੁੰਦਾ ਸਰਕਾਰਾਂ ਇਹ ਤੋਂ ਬਹੁਤ ਜ਼ਿਆਦਾ ਚਿੰਤਤ ਹੁੰਦੀਆਂ ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਸਰਕਾਰ ਅਸੀਂ ਇੱਕ ਪਿਛਲੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਸਰਕਾਰ ਜਨਤ ਚਰ ਤੱਕ ਉਹਨਾਂ ਨੰਬਰ ਹੈ ਨਾ ਪੂਰਾ 300 ਮੈਂਬਰ ਪਾਰਲੀਮੈਂਟ ਦਾ ਉਹਨੇ ਡੈਵੀਏਟ ਉਹਨੇ ਝਗੜਾ ਨਹੀਂਗਾ ਪਾਵੇਂ ਅੰਦਰੋਂ ਪਾਵੇਂ ਕਿਸ ਤਰ੍ਹਾਂ ਦੇ ਵੀ ਜੋ ਸਾਨੂੰ ਕਿਸਾਨ ਯੂਨੀਅਨਾਂ ਨਾਲੋਂ ਫੀਡਬੈਕ ਮਿਲ ਰਹੇ ਨੇ ਵੀ ਉਹ ਆਊਟ ਆਫ ਦਾ ਗੱਲਾਂ ਬਾਤਾਂ ਤੋਂ ਬਾਹਰ ਹੀ ਫੋਨ ਕਰਦੇ ਵੀ ਕਿਸੇ ਤਰ੍ਹਾਂ ਮੋਰਚੇ ਤੁਸੀਂ ਸਾਡੀਆਂ ਤੁਹਾਡੀਆਂ ਜਿਹੜੀਆਂ ਇੱਥੇ ਸੌਧਾਂ ਭਾਂ ਜੰਨੀਆਂ ਮਰਜ਼ੀ ਕਰਾ ਲਓ ਲੇਕਿਨ ਉਹ ਬਿਲਕੁਲ ਉਹਨਾਂ ਦਾ ਇੱਕ ਸਟੈਂਡ ਪੱਕਾ ਸਟੈਂਡ ਹੈ ਵੀ ਅਸੀਂ ਇਤੋਂ ਹਿੱਲਣਾ ਹੀ ਨਹੀਂਗਾ ਅਸੀਂ ਵੀ ਅੱਜ ਦੀ ਜਿਹੜੀ ਇਹੋ ਹੀ ਖਾਸ ਕਰਦੇ ਹਾਂ ਕਿ ਪੰਜਾਬ ਦੇ ਜਿਹੜੇ ਇਹ ਜਿਹੜੇ ਸਾਰੇ ਹਿੰਦੁਸਤਾਨ ਦੇ ਖੇਤੀਬਿਲ ਨਕਮੇ ਕਾਨੂੰਨ ਲਾਗੂ ਕੀਤੇ ਜਾਂ ਗਏ ਨਹੀਂ ਨਨ ਵਾਪਸ ਲੈ ਕੇ ਸਰਕਾਰ ਜਿਹੜੀ ਹੈ ਬੇਸ਼ੱਕ ਪਰ ਕਿਉਂਕਿ ਅਗਰ ਜਿਸ ਵੇਲੇ ਇੰਨਾ ਜਿਹੜਾ ਵਿਰੋਧ ਹੋ ਰਿਹਾ ਅਗਰ ਇਹ ਪੂਰੇ ਪਾਰਲੀਮੈਂਟ ਦੇ ਵਿੱਚ ਬਹਿਸ ਦੇ ਬਹਿਸ ਕਰਦੇ ਰਾਜ ਸਭਾ ਵਿੱਚ ਬਹਿਸ ਹੁੰਦੀ ਤੇ ਇੰਨਾ ਲੈਵਲ ਦਾ ਜਿਹੜਾ ਵਿਰੋਧ ਜਿਹੜਾ ਸੀ ਉਹ ਕਦੀ ਵੀ ਨਹੀਂ ਫਾਰਮਰ ਵੱਲ ਕੀਤਾ ਜਾਣਾ ਸੀ ਕਿਉਂਕਿ ਜਿਸ ਤਰੀਕੇ ਨਾਲ ਲੈ ਕੇ ਆਇਆ ਵੀ ਪਾਰਲੀਮੈਂਟ ਦੇ ਵਿੱਚ ਰਾਜ ਸਭਾ ਵਿੱਚ ਬਗੈਰ ਬਹਿਸ ਤੋਂ ਇਹਨਾਂ ਨੂੰ ਪਾਸ ਕਰਾ ਲਿਆ ਉਸ ਨਾਲ ਲੋਕਾਂ ਦੇ ਪ੍ਰਤੀ ਇੱਕ ਬਹੁਤ ਝਾੜੀ ਇੱਕ ਮਨ ਦੇ ਵਿੱਚ ਗੁੱਸਾ ਵੀ ਆ ਤੇ ਇਹ ਚੀਜ਼ ਦੇ ਪ੍ਰਤੀ ਚਿੰਤਾ ਵੀ ਆ ਵੀ ਇਹ ਵਾਕਈ ਕਿਉਂਕਿ ਜਿਹੜੇ ਕਾਨੂੰਨ ਸਰਕਾਰ ਬਣਾ ਰਹੀ ਆ ਇਹ ਉਹਨਾਂ ਦੇ ਹੱਕੇ 'ਚ ਨਹੀਂ ਹੋਣਗੇ ਕਿਉਂਕਿ ਅਗਰ ਪਾਸ ਹੁੰਦੇ ਉੱਥੇ ਪ੍ਰੋਪਰ ਬਹਿਸ ਹੁੰਦੀ ਤੇ ਇੱਕ ਸੁਧਾਰ ਹੋ ਉਸ ਨਹੀਂ ਕਈ ਦਾ 10 ਕਈ ਕਮੇਟੀਆਂ ਬਣੀਆਂ ਹੋਈਆਂ ਪਾਰਲੀਮੈਂਟ ਦੇ ਵਿੱਚ ਜਿੱਥੇ ਜਾ ਕੇ ਬਹਿਸ ਕਰ ਰਹੇ ਸੀ ਲੇਕਿਨ ਉਹ ਨਾ ਉੱਥੇ ਬਹਿਸ ਹੋਣ ਦਾ ਕਾਰਨ ਇਹ ਜਿਹੜੇ ਜਿਹੜੇ ਕਾਨੂੰਨ ਐਸਾ ਚ ਲਾਗੂ ਹੋ ਗਿਆ ਤੇ ਉਹਨਾਂ ਦਾ ਬੜਾ ਵੱਡੇ ਪੱਧਰ ਤੇ ਪੰਜਾਬ ਹਰਿਆਣਾ ਹਿੰਦੁਸਤਾਨ ਤੇ ਦੂਜੇ ਸੂਬਿਆਂ ਦੇ ਵਿੱਚ ਤੇ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਪ੍ਰੈਸ਼ਰ ਜਿਹੜਾ ਇਹ ਜਿਹੜਾ ਬਣ ਗਿਆ ਬਣ ਰਿਹਾ ਹੋਰ ਬਣੇਗਾ ਉਹਨਾਂ ਵਾਲੇ ਟਾਈਮ ਦੇ ਵਿੱਚ ਤੇ ਜਿਹੜੇ ਅਸੀਂ ਜਿਹੜਾ ਇੱਕ ਗੱਲ ਕੀਤੀ ਸੀ ਵੀ ਜਿੰਨਾ ਚਿਰ ਕੋਈ ਇਹਨਾਂ ਦੇ ਪੂਰੇ ਪਾਰਲੀਮੈਂਟਰੀ ਮੈਂਬਰ ਆ ਸਰਕਾਰਾਂ ਨੂੰ ਬੋਧਾ ਉਹਨਾਂ ਚਿਰ ਕਦਰਾਂ ਵੀ ਕੋਈ ਨਹੀਂ ਹੁੰਦੇ ਕੋਈ ਸਰਕਾਰਾ ਕੋ ਸਭ ਕੁਝ ਹੁੰਦਾ ਵਾ ਕੁਝ ਵੀ ਕਰ ਸਕਦੀਆਂ ਲੇਕਿਨ ਜਦੋਂ ਉਹਨਾਂ ਦਾ ਨੰਬਰ ਘਟਦਾ ਉਹ ਘਟਦੰਦਾ ਮੈਂਬਰ ਪਾਰਲੀਮੈਂਟ ਸਰਕਾਰਾਂ ਉਹਦੋਂ ਹਰ ਤਰ੍ਹਾਂ ਦੀਆਂ ਗੱਲਾਂ ਮੰਨਣ ਨੂੰ ਤਿਆਰ ਹੋ ਜਾਂਦੀਆਂ ਤੇ ਅਸੀਂ ਇੱਕ ਪਹਿਲੀ ਵੀਡੀਓ ਚ ਗੱਲ ਵੀ ਕੀਤੀ ਸੀ ਕਿ ਜਿਸ ਤਰ੍ਹਾਂ ਅਗਰ ਇਹ ਸਰਕਾਰ ਤਸਤਮਸ ਨਹੀਂ ਹੋ ਰਹੀ ਅੰਦਰੋਂ ਪਾਤੇ ਅੰਦਰੋਂ ਖਾਤੇ ਭਾਵੇਂ ਜਿੰਨੀ ਮਰਜ਼ੀ ਉਹ ਇਸ ਨੂੰ ਮਹਿਸੂਸ ਕਰ ਰਹੀ ਆ ਲੇਕਿਨ ਜਿਸ ਤਰ੍ਹਾਂ ਇਹ ਦੂਸਰੇ ਰਾਜਾਂ ਦੇ ਵਿੱਚ ਜਿਹੜਾ ਇਹ ਇੱਕ ਕਿਸਾਨ ਯੂਨੀਅਨ ਜਿਹੜੇ ਇੱਕ ਇਹਨਾਂ ਨੂੰ ਕਨਵਿੰਸਿੰਗ ਕਰ ਰਹੀਆਂ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੇ ਪਾਰਲੀਮੈਂਟ ਦੀ ਸੋਰੀ ਇਲੈਕਸ਼ਨਾਂ ਹੋ ਰਹੀਆਂ ਨੇ ਸੂਬਿਆਂ ਦੇ ਵਿੱਚ ਤੇ ਮੈਨੂੰ ਲੱਗਦਾ ਵੀ ਜੇਕਰ ਇੱਥੇ ਕੋਈ ਪੁੱਠਾ ਪਾਸਾ ਪਿਆ ਕਰ ਸਰਕਾਰਾਂ ਤੇ ਹੋਰ ਜ਼ਿਆਦਾ ਪ੍ਰੈਸ਼ਰ ਬਣੂਗਾ ਲੇਕਿਨ ਮੋਰਚਾ ਜਿਹੜਾ ਵਾ ਇਹ ਹੱਲੇ ਇੰਨੀ ਜਲਦੀ ਤੱਕ ਖਤਮ ਹੋਣ ਵਾਲਾ ਨਹੀਂ ਇਹ ਸਾਡਾ ਇਹ ਅਨੁਭਵ ਹੈ ਕਿ ਅਸੀਂ ਕਾਫੀ ਚਿਰ ਤੋਂ ਵੇਖਿਆ ਵੀ ਸਰਕਾਰਾਂ ਜਿਹੜੀਆਂ ਅਜੇ ਤੱਕ ਅਦੀ ਕੋਈ ਗੱਲ ਇਹਨਾਂ ਮੰਨੀ ਨਹੀਂ ਤੇ ਇਹ ਮੋਰਚਾ ਜਿਹੜਾ ਇਹ ਜਿਹੜਾ ਬਹੁਤ ਜ਼ਿਆਦਾ ਅੱਗੇ ਤੱਕ ਚੱਲੂਗਾ ਹੋ ਸਕਦਾ ਹੈ ਕਿ ਪਾਰਲੀਮੈਂਟ ਇਲੈਕਸ਼ਨ ਤੱਕ ਵੀ ਚੱਲ ਜਾਏ ਇਹੋੀ ਗੱਲ ਅਸੀਂ ਅੱਜ ਇੱਕ ਜਿਹੜੀ ਵੀਡੀਓ ਜਿਹੜਾ ਉੱਥੇ ਇਕੱਠੀ ਕਲੈਕਟ ਕੀਤੀ ਸੀ ਬਣਾਈ ਸੀ ਕਿ ਕਿਸਾਨ ਯੂਨੀਅਨ ਕਹਿ ਰਹੀ ਹੈ ਕਿ ਸੋ ਸਦਾ ਸਰਮ ਸੰਗ ਪਰਦੇ ਨਾ ਜਾਂ ਹੋਰ ਤਾਂ ਕਾਫੀ ਵੱਡਾ ਜਿਹੜਾ ਉਹਨਾਂ ਨੇ ਮਜਾਰਾ ਕੀਤਾ ਸੀ ਅੰਮ੍ਰਿਤਸਰ ਦੇ ਵਿੱਚ ਐਂਟਰੀ ਗੇਟ ਦੇ ਉਹਨਾਂ ਦੀ ਸੀ ਰਿਕਾਰਡਿੰਗ ਕੀਤੀਆਂ ਹੋਈਆਂ ਉਹ ਵੀ ਇਹ ਕਹਿ ਰਹੇ ਵੀ ਅਸੀਂ ਇਹਨੂੰ ਲੰਮੇ ਤੋਂ ਲੰਮੇ ਯਾਰਾ ਚਰਚੇਰ ਤੱਕ ਲੈ ਕੇ ਜਾਵਾਂਗੇ ਕਾਨੂੰਨ ਵਾਪਸ ਕਰਾਵਾਂਗੇ ਵਾਪਸੀ ਆਹੀ ਕਰਨੀ ਨਹੀਂ ਸਾਡੇ ਜ਼ਿੰਦਗੀ ਮੌਤ ਦਾ ਸਵਾਲ ਹੈ ਇਹਦਾ ਮਤਲਬ ਇਹ ਪੂਰੀ ਤਰ੍ਹਾਂ ਜਿਹੜੇ ਆ ਕਿਸਾਨ ਯੂਨੀਅਨ ਦਾ ਮਨ ਦੇ ਵਿੱਚ ਬਣਿਆ ਵੀ ਜਾਵਾਂਗੇ ਤੇ ਜਿੱਤ ਗਏ ਜਾਵਾਂਗੇ ਤੇ ਨਹੀਂ ਤੇ ਜੋ ਹੋ ਰਿਹਾ ਆ ਰਿਹਾ ਉਹ ਸਾਰੇ ਨੂੰ ਪਤਾ ਇੰਟਰਨੈਸ਼ਨਲ ਬੇਸ ਦੀ ਬੋਨਸ ਦੇ ਵਿੱਚ ਸਰਕਾਰ ਦੀ ਹੋ ਰਹੀ ਆ ਜੇ ਇਹ ਸਰਕਾਰ ਹੋਰ ਜਿਆਦਾ ਲੰਮਾ ਚੜ ਕੇ ਵਾਪਸ ਲੈਂਦੀ ਆ ਇਹ ਸਰਕਾਰ ਵਾ ਤੇ ਹੋਰ ਵੀ ਜੜੀ ਆ ਇਹ ਮਾੜੀ ਗੱਲ ਹੋਊਗੀ ਅਸੀਂ ਇਹ ਇਸ ਵੀਡੀਓ ਰਾਹੀਂ ਅਪੀਲ ਕਰਦੇ ਆ ਸਰਕਾਰ ਨੂੰ ਪਤਾ ਨਹੀਂ ਸਾਡੀ ਗੱਲ ਪਹੁੰਚਦੀ ਆ ਕਿ ਨਹੀਂ ਪਹੁੰਚਦੀ ਲੇਕਿਨ ਇੱਕ ਗੱਲ ਜ਼ਰੂਰ ਆ ਵੀ ਪੰਜਾਬ ਦੇ ਵਿੱਚ ਬੱਚਾ ਬੱਚਾ ਇਸ ਚੀਜ਼ ਨੂੰ ਜਾਣਿਆ ਵੀ ਇਹ ਜਾਣੂ ਹੋ ਗਿਆ ਇਸ ਗੱਲ ਤੋਂ ਕਿ ਇਹ ਕਾਨੂੰਨ ਉਹਨਾਂ ਦੀ ਹੋਂਦ ਨੂੰ ਖਤਰਾ ਨੇ ਤੇ ਇਸ ਤੋਂ ਅੱਗੇ ਜਿਹੜੀ ਅਸੀਂ ਕਿਰਨਾਂ ਯੂਨੀਅਨ ਨੇ ਜਿਹੜੀਆਂ ਅੱਜ ਗੱਲਾਂ ਕੀਤੀਆਂ ਜਾਂ ਥੋੜਾ ਜਿਹਾ ਉੱਥੇ ਮਜਾਰਾ ਹੋਏ ਜਿਹਾ ਬੜਾ ਪ੍ਰੋਟੈਸਟ ਕੀਤਾ ਉਹਨਾਂ ਜਬਰਦਸਤ ਇਹ ਤੁਸੀਂ ਉਹਨਾਂ ਦੀਆਂ ਗੱਲਾਂ ਉਹਨਾਂ ਉਹਨਾਂ ਦੇ ਮੂੰਹੋਂ ਤੋਂ ਹੀ ਸੁਣੋ ਮੇਰੇ ਵੱਲੋਂ ਇਹਨੀਆਂ ਬੇਨਤੀਆਂ ਪ੍ਰਵਾਨ ਕਰਨ। ਥੈਂਕ ਯੂ। ਮੋਦੀ ਸਰਕਾਰ ਮੁਰਦਾ ਜੀ ਜੋਤਿਆਏ ਹਰਿ ਮੰਦੀ ਖੋ ਗਿਆ ਹੈ ਜੀ ਜੋਤਿਆਏ ਹਰਿ ਮੰਦੀ ਖੋ ਗਿਆ ਹੈ ਜੀ ਜਸਦਾ ਲੁਕਾ ਬੋਲ ਜਿੰਦਾਬਾਦ ਜਿੰਦਾਬਾਦ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਦਾ ਸੂਬਾ ਜਨ ਅਕਤਰ ਬੋਲਦਾ ਜੀ ਅੱਜ ਪੂਰਾ ਭਾਰਤ ਬੰਦਿਆ ਸੀ 골ਡਨ ਗੇਟ ਤੇ ਜਿਹੜਾ ਛੜਕੀ ਆਵਾਜਾਈ ਰੋਕ ਕੇ ਬੈਠੇ ਆ ਜਦ ਤੱਕ ਮੋਦੀ ਸਰਕਾਰ ਦਾ ਸਵਾਲ ਆ ਜੜੀ ਵੀ ਸਰਕਾਰ ਪ੍ਰਸ਼ੇਲ ਲੰਬੇ ਸਮੇਂ ਚ ਕਿਸਾਨਾਂ ਮਜ਼ਦੂਰਾਂ ਨਾਲ ਟਕਰਾ ਕਰਦੀ ਇੱਕ ਬਹੁਤ ਵੱਡਾ ਹਿੱਸਾ ਵਾ ਕਿਸਾਨਾਂ ਮਜ਼ਦੂਰਾਂ ਦਾ ਉਹਨਾਂ ਨੂੰ ਕਦੀ ਸੱਤਾ ਨਸੀਬ ਨਹੀਂ ਹੋਈ ਜੜੀਆਂ ਸਰਕਾਰਾਂ ਲੋਕਾਂ ਦੀ ਆਵਾਜ਼ ਨੂੰ ਸੁਣਦੀਆਂ ਨਹੀਂ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਦਾ ਸਨਮਾਨ ਨਹੀਂ ਕਰਦੀਆਂ ਹੁੰਦੀਆਂ ਮੈਨੂੰ ਨਹੀਂ ਲੱਗਦਾ ਕਿ ਪੂਰਾ ਦੇਸ਼ ਜਾਂ ਕਿਸਾਨ ਮਜ਼ਦੂਰ ਉਹਨਾਂ ਨੂੰ ਸੱਤਾ ਦੇਣਗੇ ਸਾਨੂੰ ਪੂਰੀ ਆਸ ਆ ਵੀ ਭਾਵੇਂ ਸਾਲ ਲੱਗੇ 2 ਲੱਗੇ 3 ਲੱਗਣ ਮੋਦੀ ਸਰਕਾਰ ਉਨੂੰ ਖੇਤੀ ਦੇ ਕਰੂਣ ਵਾਪਸ ਲੈਣਗੇ ਹੁਣ ਇਹ ਅੰਦੋਲਨ ਕਿਸਾਨਾਂ ਮਜ਼ਦੂਰਾਂ ਦਾ ਨਹੀਂ ਪੰਜਾਬੀਆਂ ਦਾ ਵਾ ਤੇ ਜਨ ਅੰਦੋਲਨ ਬਣ ਚੁੱਕਾ ਵਾ ਪੂਰੀ ਦੁਨੀਆ ਤੇ ਦੇਸ਼ਾਂ ਵਿੱਚ ਇਹ ਅੰਦੋਲਨ ਫੈਲਿਆ ਵਾ ਤੇ ਇਹ ਤੇ ਇਹਦੇ ਸਾਹਮਣੇ ਬਹੁਤਾ ਚਿਰ ਮੋਦੀ ਸਰਕਾਰ ਟਿਕ ਨਹੀਂ ਪੈਣੀ ਧੰਨਵਾਦ